ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅਤੇ ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਨਾਲ ਸਵੱਛ ਭਾਰਤ ਅਭਿਆਨ 'ਤੇ ਕਵਿਤਾ ਸ਼ੇਅਰ ਕਰੂੰਗੀ ਪੰਜਾਬੀ ਵਿੱਚ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਹੈ, ਜੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਤਾਂ ਚਲੀਏ ਵੀਡੀਓ ਸ਼ੁਰੂ ਕਰਦੇ ਹਾਂ। ਸਵੱਛ ਭਾਰਤ ਅਭਿਆਨ ਕਵਿਤਾ। ਪੂਰੇ ਦੇਸ਼ ਵਿੱਚ ਚੱਲ ਰਹੀ ਹੈ ਚਰਚਾ ਸਵੱਛ ਭਾਰਤ ਅਭਿਆਨ ਦੀ, ਹਰ ਨਾਗਰਿਕ ਦੇ ਮੋਢਿਆਂ 'ਤੇ ਨਿਰਭਰ ਹੈ ਸਫਲਤਾ ਇਸ ਅਭਿਆਨ ਦੀ। ਆਓ ਅਸੀਂ ਸੰਕਲਪ ਕਰੀਏ, ਆਪਣਾ ਫਰਜ਼ ਨਿਭਾਵਾਂਗੇ, ਇੱਧਰ ਉੱਧਰ ਕਿਸੇ ਕੋਨੇ ਵਿੱਚ ਵੀ ਗੰਦਗੀ ਨਹੀਂ ਫੈਲਾਵਾਂਗੇ, ਨਦੀ ਨਾਲੇ ਵਿੱਚ ਕੂੜਾ ਨਹੀਂ ਪਾਵਾਂਗੇ, ਪਲਾਸਟਿਕ ਦਾ ਉਪਯੋਗ ਘਟਾਵਾਂਗੇ, ਜਿਸ ਨਾਲ ਹੋਵੇ ਕੁਦਰਤ ਦਾ ਨੁਕਸਾਨ ਉਸਨੂੰ ਨਾ ਕਰੋ ਇਸਤੇਮਾਲ, ਸਭ ਨੂੰ ਇਹ ਸਮਝਾਵਾਂਗੇ। ਵੱਧ ਤੋਂ ਵੱਧ ਰੁੱਖ ਲਗਾ ਕੇ ਧਰਤੀ ਨੂੰ ਫਿਰ ਤੋਂ ਹਰਾ ਭਰਿਆ ਬਣਾਵਾਂਗੇ, ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਾਵਾਂਗੇ, ਸਵੱਛਤਾ ਦਾ ਸੰਦੇਸ਼ ਹਰ ਘਰ ਤੱਕ ਪਹੁੰਚਾਵਾਂਗੇ, ਦੇਸ਼ ਨੂੰ ਸਾਫ਼ ਰੱਖ ਕੇ ਇਸਦਾ ਮਾਣ ਵਧਾਵਾਂਗੇ। ਤਾਂ ਇਹ ਸੀਗੀ ਕਵਿਤਾ ਸਵੱਛ ਭਾਰਤ ਅਭਿਆਨ 'ਤੇ ਪੰਜਾਬੀ ਵਿੱਚ। ਅਤੇ ਅੱਜ ਦੀ ਵੀਡੀਓ 'ਚ ਇੰਨਾ ਹੀ। ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ, ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।